ਰੱਖਿਆ ਸਾਜੋ ਸਮਾਨ ਪ੍ਰਣਾਲੀਆਂ ਅਤੇ ਸਪੇਅਰਸ ਦੀ ਦਰਾਮਦ ਦੀ ਬਜਾਏ ਘਰੇਲੂ ਤੌਰ 'ਤੇ ਬਣੀਆਂ ਵਸਤੂਆਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਮੰਤਰਾਲੇ ਨੇ ਚੌਥੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ 928 ਉਪ ਪ੍ਰਣਾਲੀਆਂ ਅਤੇ ਸਪੇਅਰਾਂ ਦੀ ਪਛਾਣ ਕੀਤੀ ਗਈ ਹੈ। ਡੰਡੀ ਇਸ ਤਰ੍ਹਾਂ ਘਰੇਲੂ ਪੱਧਰ 'ਤੇ ਹੀ 2.5 ਹਜ਼ਾਰ ਵਸਤੂਆਂ ਦੀ ਖਰੀਦ ਦਾ ਸੰਕਲਪ ਲਿਆ ਗਿਆ ਹੈ। ਡੰਡੀ ਇਹਨਾਂ ਵਿੱਚ ਬਹੁਤੇ ਹਿੱਸੇ ਅਤੇ ਉਪ ਪ੍ਰਣਾਲੀਆਂ ਦਾ ਨਿਰਮਾਣ ਘਰੇਲੂ ਤੌਰ 'ਤੇ ਕੀਤਾ ਜਾਂਦਾ ਹੈ ਅਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 1200 ਵਸਤੂਆਂ ਦੇ ਨਿਰਮਾਣ ਅਤੇ ਵਿਕਾਸ ਦੀ ਯੋਜਨਾ ਹੈ। ਡੰਡੀ ਭਾਰਤ ਹਥਿਆਰਾਂ ਦਾ ਇੱਕ ਵੱਡਾ ਦਰਾਮਦਕਾਰ ਹੈ, ਇਸ ਲਈ ਇਸ ਨੂੰ ਆਪਣੇ ਬਜਟ ਦਾ ਇੱਕ ਵੱਡਾ ਹਿੱਸਾ ਰੱਖਿਆ ਉਪਕਰਨਾਂ ਪ੍ਰਣਾਲੀਆਂ ਆਦਿ ਦੀ ਖਰੀਦ 'ਤੇ ਖਰਚ ਕਰਨਾ ਪੈਂਦਾ ਹੈ। ਡੰਡੀ ਛੋਟੇ ਹਿੱਸੇ ਲਈ ਵੀ ਦੂਜੇ ਦੇਸ਼ਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ। ਡੰਡੀ ਅਜਿਹੇ 'ਚ ਜੇਕਰ ਇਹਨਾਂ ਨੂੰ ਘਰੇਲੂ ਪੱਧਰ 'ਤੇ ਹੀ ਤਿਆਰ ਕਰਕੇ ਖਰੀਦਿਆ ਜਾਵੇ ਤਾਂ ਇਸ ਦੇ ਕਈ ਫਾਇਦੇ ਹੋਣਗੇ। ਡੰਡੀ ਇੱਕ ਤਾਂ ਰੱਖਿਆ ਸੌਦਿਆਂ ਵਿੱਚ ਵਿਚੋਲਿਆਂ 'ਤੇ ਨਿਰਭਰਤਾ ਖਤਮ ਹੋ ਜਾਵੇਗੀ, ਦੂਜਾ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਡੰਡੀ ਫਿਰ ਦਰਾਮਦ ਘਟਣ ਨਾਲ ਵਪਾਰ ਘਾਟੇ ਦਾ ਫਰਕ ਵੀ ਕਾਫੀ ਘੱਟ ਜਾਵੇਗਾ। ਡੰਡੀ ਪਿਛਲੇ ਸਾਲ ਥੋੜ੍ਹੇ ਸਮੇਂ ਲਈ ਕੁਝ ਵਸਤਾਂ ਦੀ ਦਰਾਮਦ 'ਤੇ ਪਾਬੰਦੀ ਲਾਉਣ ਨਾਲ ਵਪਾਰ ਘਾਟੇ ਨੂੰ ਪੂਰਾ ਕਰਨ 'ਚ ਕਾਫੀ ਮਦਦ ਮਿਲੀ ਸੀ। ਡੰਡੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਰੱਖਿਆ ਸਾਜੋ ਸਮਾਨ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਨ ਦਾ ਕਈ ਸਾਲ ਪਹਿਲਾਂ ਕੀਤਾ ਗਿਆ ਐਲਾਨ ਇਸ ਨਾਲ ਹੋਰ ਮਜ਼ਬੂਤ ਹੋਵੇਗਾ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਔਰਗਨਾਈਜੇਸ਼ਨ ਨੂੰ ਰੱਖਿਆ ਸਮੱਗਰੀ ਦੇ ਨਿਰਮਾਣ ਵਿੱਚ ਸਵੈ ਨਿਰਭਰ ਬਣਨ ਦੇ ਯੋਗ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਡੰਡੀ ਇਸ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਡੰਡੀ ਕਈ ਵਿਦੇਸ਼ੀ ਲੜਾਕੂ ਜਹਾਜ਼ਾਂ ਦਾ ਮੁਕਾਬਲਾ ਕਰਨ ਵਾਲੇ ਹਵਾਈ ਜਹਾਜ਼ ਬਣਾਏ ਜਾ ਰਹੇ ਹਨ। ਡੰਡੀ ਇਸੇ ਤਰ੍ਹਾਂ ਸਾਜੋ ਸਮਾਨ ਅਤੇ ਰੱਖਿਆ ਪ੍ਰਣਾਲੀਆਂ ਦੇ ਮਾਮਲੇ ਵਿੱਚ ਵੀ ਤੇਜ਼ੀ ਆਈ ਹੈ। ਡੰਡੀ ਸੁਭਾਵਿਕ ਹੀ ਇਸ ਨਾਲ ਦੂਜੇ ਦੇਸ਼ਾਂ ਤੋਂ ਮਹਿੰਗੇ ਭਾਅ 'ਤੇ ਰੱਖਿਆ ਸਾਜੋ ਸਮਾਨ ਖਰੀਦਣ ਦੀ ਮਜਬੂਰੀ ਘੱਟ ਗਈ ਹੈ। ਡੰਡੀ ਉਂਝ ਅੱਜ ਜਿਸ ਤਰ੍ਹਾਂ ਨਾਲ ਰੱਖਿਆ ਸਾਜੋ ਸਮਾਨ ਵਿੱਚ ਅਤਿਆਧੁਨਿਕ ਤਕਨੀਕ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਉਸ ਨਾਲ ਰੂਸ, ਫਰਾਂਸ, ਜਰਮਨੀ, ਅਮਰੀਕਾ ਵਰਗੇ ਮੁਲਕਾਂ ਨੂੰ ਰੱਖਿਆ ਸਮੱਗਰੀ ਦੀ ਖਰੀਦ ਲਈ ਇਸ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਡੰਡੀ ਪਰ ਜਿਵੇਂ ਜਿਵੇਂ ਸਾਡੇ ਦੇਸ਼ ਵਿੱਚ ਅਜਿਹੇ ਲੜਾਕੂ ਜਹਾਜ਼ਾਂ ਅਤੇ ਰੱਖਿਆ ਉਪਕਰਨਾਂ ਦਾ ਨਿਰਮਾਣ ਵਧੇਗਾ, ਨਾ ਸਿਰਫ ਦੂਜੇ ਦੇਸ਼ਾਂ 'ਤੇ ਨਿਰਭਰਤਾ ਘਟੇਗੀ, ਸਗੋਂ ਭਾਰਤ ਰੱਖਿਆ ਸਮੱਗਰੀ ਦਾ ਇੱਕ ਵੱਡਾ ਨਿਰਯਾਤਕ ਵੀ ਬਣ ਜਾਵੇਗਾ। ਡੰਡੀ ਹੁਣ ਵੀ ਕੁਝ ਦੇਸ਼ ਭਾਰਤੀ ਲੜਾਕੂ ਜਹਾਜ਼ ਅਤੇ ਕੁਝ ਰੱਖਿਆ ਉਪਕਰਨ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੇ ਹਨ। ਡੰਡੀ ਇਸ ਤਰ੍ਹਾਂ ਇਸ ਨੂੰ ਘਰੇਲੂ ਤੌਰ 'ਤੇ ਬਣਾਏ ਪੁਰਜਿਆਂ ਅਤੇ ਰੱਖਿਆ ਪ੍ਰਣਾਲੀਆਂ ਦੁਆਰਾ ਹੋਰ ਮਜ਼ਬੂਤ ਕੀਤਾ ਜਾਵੇਗਾ। ਡੰਡੀ ਪਹਿਲਾਂ ਛੋਟੇ ਪੁਰਜਿਆਂ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਜਦੋਂ ਕਿ ਖਰਾਬ ਉਪਕਰਨ ਵਿਹਲੇ ਰਹਿੰਦੇ ਸਨ। ਡੰਡੀ ਹੁਣ ਉਹਨਾਂ ਦੀ
मरम्मत लई इंतजार नहीं करना पेवेगा। डंडी।